ਤੋਂ ਅੱਜ ਗੱਲਬਾਤ ਕਰਾਂਗੇ ਜੋਤੀ ਚੌਕ ਰਣਿਕ ਬਾਜ਼ਾਰ ਦੀ ਜੋ ਸਮੱਸਿਆ ਮਾਰਕੀਟ ਵਾਲਿਆਂ ਜੋ ਸਮੱਸਿਆ ਆ ਰਹੀ ਹੈ, ਪਬਲਿਕ ਨੂੰ ਸਮੱਸਿਆ ਆ ਰਹੀ ਹੈ। ਅਸੀਂ ਗੱਲਬਾਤ ਕਰਾਂ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਜੀ ਹੋਣਾ ਨਾਲ ਕਿ ਉਹ ਇਸ ਸਮੱਸਿਆ ਨੂੰ ਲੈ ਕੇ ਕਿੰਨੇ ਕੁ ਸੁਚੇਤ ਹਨ ਅਤੇ ਇਸ ਬਾਰੇ ਕੀ ਅਗਲੀ ਕਾਰਵਾਈ ਕਰ ਰਹੇ ਆ ਅਤੇ ਇਹ ਕੀ ਹੋਣਾ ਚਾਹੀਦਾ ਜੋ ਬਾਜ਼ਾਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਇਹ ਸਰ ਜੀ ਸਤਿ ਸ਼੍ਰੀ ਅਕਾਲ। ਇਹ ਸਰ ਬਾਜ਼ਾਰ ਦੇ ਵਿੱਚ ਜੋ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ 5-5, 10-10 ਫੁੱਟ ਜੋ ਅੱਗੇ ਵਧਾ ਕੇ ਫੜੀਆਂ ਲਗਾਈਆਂ, ਜੋ ਮਾਰਕੀਟ ਵਿੱਚ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ, ਸਰ ਉਹਦੇ 'ਤੇ ਕੀ ਕਾਰਵਾਈ ਕੀ ਹੈ ਜੀ? ਮਤਲਬ ਉਹ ਜਾਇਜ਼ ਹੈ ਕਿ ਨਜਾਇਜ਼ ਹੈ ਤੁਹਾਡੇ ਮੁਤਾਬਿਕ? ਸਰ ਦੇਖੋ ਜੀ, ਉਹ ਤਾਂ ਨਜਾਇਜ਼ ਉਹ ਸਾਡੇ ਬਾਜ਼ਾਰ ਦੇ ਵਿੱਚ ਵੀ, ਅਸੀਂ ਇਸੇ ਕਰਕੇ ਉਹਨੂੰ ਵਾਰ ਵਾਰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਕਿਉਂਕਿ ਲੋਕਾਂ ਨੂੰ ਇਨਕਨਵੀਨੀਅੰਸ ਬਹੁਤ ਹੁੰਦੀ ਕੰਪੀਟੀਸ਼ਨ ਦੇ ਵਿੱਚ। ਸੋ ਹੁਣ ਵੀ ਕਿਉਂਕਿ ਵੈਸੇ ਅਸੀਂ ਸਖਤਾਈ ਹੁਣ ਇਮੀਡੀਏਟਲੀ ਇਸ ਕਰਕੇ ਨਹੀਂ ਜ਼ਿਆਦਾ ਕੀਤੀ ਕਿਉਂਕਿ ਕਰੋਨਾ ਕਰਕੇ ਕਾਫੀ ਦਿਨਾਂ ਬੰਦ ਰਿਹਾ ਸਾਰਾ ਕੁਛ, ਲੇਕਿਨ ਹੁਣ ਜਦੋਂ ਅੱਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ, ਰਸ਼ ਰੁਸ਼ ਬਹੁਤ ਵਧਣਾ। ਸੋ ਮੈਂ ਸਾਰੇ ਜਿਹੜੇ ਉੱਥੇ ਵੈਂਡਰਸ ਹੈਗੇ ਆ, ਸ਼ੋਪਕੀਪਰਸ ਹੈਗੇ ਜਾਂ ਸ਼ੋਰੂਮ ਵਾਲੇ ਹੈਗੇ, ਸਾਰਿਆਂ ਨੂੰ ਮੈਂ ਤਾਂ ਬੇਨਤੀ ਕਰੂੰਗਾ ਕਿ ਬੜਾ ਮਿਹਰਬਾਨੀ, ਆਪੋ ਆਪਣਾ ਥੋੜ੍ਹਾ ਜਿਹਾ ਇਸ ਚੀਜ਼ ਬਾਰੇ ਧਿਆਨ ਦਿਓ। ਸਾਡੀ ਕੋਸ਼ਿਸ਼ ਹੋਏਗੀ ਕਿ ਤੁਸੀਂ ਆਪਣੇ ਆਪ ਹੀ ਹਟਾ ਲਓ, ਅਗਰ ਤੁਸੀਂ ਨਹੀਂ ਹਟਾਓਗੇ ਫਿਰ ਸਾਨੂੰ ਸਖਤਾਈ ਕਰਨੀ ਪਊਗੀ। ਕਿਉਂਕਿ ਆਪਣੀ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਉਹਨਾਂ ਨੇ ਦੱਸਿਆ ਕਿ ਬਿਲਕੁਲ ਜੋ ਤਿਉਹਾਰਾਂ ਦੇ ਤੌਰ 'ਤੇ ਕੋਈ ਇੱਕ ਛੋਟ ਦਿੱਤੀ ਜਾ ਰਹੀ, ਉਹਦੇ ਬਾਵਜੂਦ ਅਗਰ ਦੁਕਾਨਦਾਰ ਕਹਿਣੇ ਦੇ ਮੁਤਾਬਿਕ ਨਹੀਂ ਚੱਲਦੇ ਤਾਂ ਸਖਤ ਤੋਂ ਸਖਤ ਕਾਰਵਾਈ ਕਾਨੂੰਨੀ ਤੌਰ 'ਤੇ ਕੀਤੀ ਜਾਏਗੀ।